ਪਿਛਲੇ ਦਿਨੀ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਸਮੂਹ ਨਾਮ ਨਾਨਕ ਨਾਮ ਲੇਵਾ ਨੂੰ ਹੁਕਮ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵਿੱਚ ਬਸੰਤੀ ਰੰਗ ਦਾ ਜਾਂ ਸਰਮਈ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਜਾਵੇ। ਉਸ ਹੁਕਮ ਦੀ ਕਾਪੀ ਸਾਡੇ ਕੋਲ ਵੀ ਆਈ। ਜਿਹਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਸਾਰੀ ਕੌਮ ਦਾ ਫਰਜ਼ ਹੁੰਦਾ ਹੈ, ਅਸੀਂ ਵੀ ਉਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਬਸੰਤੀ ਰੰਗ ਦੇ ਜਾਂ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਚਲਾਏ ਜਾਣ, ਕਿਉਂਕਿ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਜਿਹੜੇ ਉਹ ਨਿਹੰਗ ਜਥੇਬੰਦੀਆਂ ਆਪਣੇ ਗੁਰਦੁਆਰਾ ਸਾਹਿਬਾਨ ਜਾਂ ਉਹਨਾਂ ਜਿੱਥੇ ਉਹਨਾਂ ਦੇ ਡੇਰੇ ਹੁੰਦੇ ਉਹ ਚੜ੍ਹਾਉਂਦੀਆਂ ਨੇ, ਅਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾਂ ਆਮ ਗੁਰਦੁਆਰਾ ਸਾਹਿਬਾਨ ਉਹਨਾਂ 'ਚ ਬਸੰਤੀ ਰੰਗ ਦੇ ਚੋਲੇ ਚੜ੍ਹਾਏ ਜਾਂਦੇ ਨੇ। ਅੱਜ ਉਹਨਾਂ ਸਿੰਘ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਚੋਲੇ ਬਦਲੇ ਗਏ ਨੇ, ਅਤੇ ਇਸੇ ਤਰ੍ਹਾਂ ਹੀ ਬਾਕੀ ਗੁਰਦੁਆਰਾ ਸਾਹਿਬਾਨ ਵਿਖੇ ਵੀ ਜਿਹੜਾ ਵੀ ਚੋਲਾ ਨਵਾਂ ਚੜ੍ਹਾਇਆ ਜਾ ਰਿਹਾ ਉਹ ਬਸੰਤੀ ਰੰਗ ਦਾ ਹੀ ਚੜ੍ਹਾਇਆ ਜਾ ਰਿਹਾ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਦੇ ਹੁਕਮ ਅਨੁਸਾਰ ਸਾਰੇ ਹੀ ਗੁਰੂ ਘਰ ਜਿਹੜੇ ਉਹ ਨੀਲ ਬਸੰਤੀ ਰੰਗ ਦੇ ਜਾਂ ਸੁਰਮਈ ਚੜ੍ਹੇ ਚੋਲੇ ਉਹ ਚੜ੍ਹਾਉਣ, ਕਿਉਂਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਸਮੂਹ ਨਾਮ ਨਾਨਕ ਨਾਮ ਲੇਵਾ ਨੂੰ ਹੁਕਮ ਕੀਤਾ ਗਿਆ ਸੀ ਕਿ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵਿੱਚ ਬਸੰਤੀ ਰੰਗ ਦਾ ਜਾਂ ਸਰਮਈ ਰੰਗ ਦਾ ਨਿਸ਼ਾਨ ਸਾਹਿਬ ਚਲਾਇਆ ਜਾਵੇ। ਉਸ ਹੁਕਮ ਦੀ ਕਾਪੀ ਸਾਡੇ ਕੋਲ ਵੀ ਆਈ। ਜਿਹਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਸਾਰੀ ਕੌਮ ਦਾ ਫਰਜ਼ ਹੁੰਦਾ ਹੈ, ਅਸੀਂ ਵੀ ਉਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਬਸੰਤੀ ਰੰਗ ਦੇ ਜਾਂ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਚਲਾਏ ਜਾਣ, ਕਿਉਂਕਿ ਸੁਰਮਈ ਰੰਗ ਦੇ ਨਿਸ਼ਾਨ ਸਾਹਿਬ ਜਿਹੜੇ ਉਹ ਨਿਹੰਗ ਜਥੇਬੰਦੀਆਂ ਆਪਣੇ ਗੁਰਦੁਆਰਾ ਸਾਹਿਬਾਨ ਜਾਂ ਉਹਨਾਂ ਜਿੱਥੇ ਉਹਨਾਂ ਦੇ ਡੇਰੇ ਹੁੰਦੇ ਉਹ ਚੜ੍ਹਾਉਂਦੀਆਂ ਨੇ, ਅਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾਂ ਆਮ ਗੁਰਦੁਆਰਾ ਸਾਹਿਬਾਨ ਉਹਨਾਂ 'ਚ ਬਸੰਤੀ ਰੰਗ ਦੇ ਚੋਲੇ ਚੜ੍ਹਾਏ ਜਾਂਦੇ ਨੇ। ਅੱਜ ਉਹਨਾਂ ਸਿੰਘ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਚੋਲੇ ਬਦਲੇ ਗਏ ਨੇ, ਅਤੇ ਇਸੇ ਤਰ੍ਹਾਂ ਹੀ ਬਾਕੀ ਗੁਰਦੁਆਰਾ ਸਾਹਿਬਾਨ ਵਿਖੇ ਵੀ ਜਿਹੜਾ ਵੀ ਚੋਲਾ ਨਵਾਂ ਚੜ੍ਹਾਇਆ ਜਾ ਰਿਹਾ ਉਹ ਬਸੰਤੀ ਰੰਗ ਦਾ ਹੀ ਚੜ੍ਹਾਇਆ ਜਾ ਰਿਹਾ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਦੇ
ਹੁਕਮ ਅਨੁਸਾਰ ਸਾਰੇ ਹੀ ਗੁਰੂ ਘਰ ਜਿਹੜੇ ਉਹ ਨੀਲ ਬਸੰਤੀ ਰੰਗ ਦੇ ਜਾਂ ਸੁਰਮਈ ਚੜੇ ਚੋਲੇ ਉਹ ਚੜ੍ਹਾਉਣ, ਕਿਉਂਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।